ਸਾਡੇ ਰਿਲੇਟਿਵ ਚੋਂ ਘਰ ਆਉਂਦੇ ਜਾਂਦੇ ਸੀ ਤੇ ਕਿਹੜੇ ਸਾਲ ਚ ਹੋਇਆ ਸੀ ਆ 2013 ਦੇ ਲਾਸਟ ਤੇ ਉਹੀ ਆ ਫੋਟੋਆਂ ਧੜ ਮੇਰਾ ਲਾਤਾ ਮੂੰਹ ਫੇਸ ਮੇਰਾ ਲਾਤਾ ਫੋਟੋਆਂ ਕਿਸੇ ਹੋਰ ਜਨਾਨੀ ਦੀਆਂ ਲਾ ਕੇ ਉੱਪਰ ਬਣਵਾ ਦਿੱਤੀਆਂ ਸ਼ਰਾਬ ਪੀ ਪੀ ਕੇ ਮੈਨੂੰ ਕੁੱਟਦਾ ਮਾਰਦਾ ਆ ਲੱਤਾਂ ਬੰਨ ਕੇ ਇਹ ਬਾਹਾਂ ਦੋਵੇ ਮੇਰੀਆਂ ਪਿੱਛੇ ਕਰਕੇ ਮੇਰੀਆਂ ਛੋਟੀਆਂ ਛੋਟੀਆਂ ਮੋਮਬੱਤੀ ਦਿਖਾ ਕੇ ਨਾਲ ਮੈਨੂੰ ਅੱਗ ਵੀ ਲਾਉਂਦਾ ਰਿਹਾ ਇਹ ਛਾਂਟਿਆਂ ਦੇ ਨਾਲ ਮੈਨੂੰ ਕੁੱਟਦਾ ਸਾਰੀ ਸਾਰੀ ਰਾਤ ਮੈਨੂੰ ਬੰਨ ਕੇ ਨਾ ਇਦਾਂ ਬਾਰੀ ਦੇ ਨਾਲ ਪਿੱਛੇ ਮੇਰੀਆਂ ਬਾਹਾਂ ਥੱਲਿਓਂ ਲੱਤਾਂ ਬੰਨ ਕੇ ਸਾਰੀ ਸਾਰੀ ਰਾਤ ਆਪਣੀ ਮਰਜ਼ੀ ਨਾਲ ਜੇ ਜੀ ਕੀਤਾ 2-3 ਵਜੇ ਖੋਲਣਾ ਫਿਰ ਮੇਰੀਆਂ ਲੱਤਾਂ ਬੰਨ ਨਹੀਂ ਇਹ ਕਾਰਜ ਸਿੰਘ ਕਰਦਾ ਮੁਲਾਕਾਤ ਕਿੱਥੋਂ ਹੋਈ ਇਹ ਸਰ ਸਾਡੇ ਪਿੰਡ ਦਾ ਹੀ ਨਾਨਕੇ ਢੇਰੀ ਰਹਿੰਦਾ ਕੁੱਟਦੇ ਮਾਰਦੇ 6 ਸਾਲ ਤੋਂ ਮੈਂ ਉਹਨਾਂ ਦੇ ਨਾਲ ਰਹਿਣ ਡਈ ਹਾਂ ਕੋਈ ਮੇਰੀ ਪਿੱਛੇ ਹੈਲਪ ਕਰਨ ਵਾਲਾ ਨਹੀਂ ਹੈਗਾ ਉਸ ਚੀਜ਼ ਦਾ ਬਹੁਤ ਫਾਇਦਾ ਉਠਾਉਂਦਾ ਸਭ ਤੋਂ ਵੱਡਾ ਚੀਜ਼ ਉਹਨੇ ਮੇਰੇ ਨਾਲ ਕੀਤੀ ਮੇਰੇ ਨਾਲ ਵਿਆਹ ਕਰਵਾ ਕੇ ਮੇਰਾ ਰਜਿਸਟਰਡ ਕਿਸੇ ਹੋਰ ਬੰਦੇ ਬਈਏ ਨਾਲ ਕਰਵਾ ਦਿੱਤਾ ਦੂਜਾ ਨੰਬਰ 2 ਮੈਨੂੰ ਆਹ ਹੱਥ ਘੜੀਆਂ ਲਾ ਲਾ ਕੇ ਕੁੱਟਦਾ ਮਾਰਦਾ ਬਹੁਤ ਜ਼ਿਆਦਾ ਲੱਤਾਂ ਬਾਹਾਂ ਬੰਨ ਕੇ ਆਹ ਛਾਂਟੇ ਨਾਲ ਕੁੱਟਦਾ ਮਾਰਦਾ ਫਿਰ ਸਰ ਮੈਨੂੰ ਆਹ ਉਹਦੇ ਡਾਕੂਮੈਂਟਸ ਆ ਇੱਕ ਬੰਦੇ ਦੇ 5-5, 6-6 ਡਾਕੂਮੈਂਟਸ ਆ ਆਹ ਉਹਦੇ ID ਪਰੂਫ ਆਹ ਉਹਦੇ ਪੈਨ ਕਾਰਡ ਵਗੈਰਾ ਨਾਲ ਹੀ ਉਹਦੇ ਇਹ ਬੇਟੇ ਦੇ ਨਾਮ ਵੀ ਦੱਸ ਦਿਓ ਜੀ ਕੀ ਆ ਬੇਟੇ ਦਾ ਨਾਮ ਹੈਗਾ ਸਰ ਜੋਬਨਪ੍ਰੀਤ ਸਿੰਘ ਰੀਅਲ ਨਾਮ ਆ ਜੋ ਦੁਗਲੀ ਕਾਰਡ ਨਾਮ ਬਣੇ ਆ ਉਹ ਜਸਪ੍ਰੀਤ ਸਿੰਘ ਦੇ ਨਾਂ ਤੇ ਔਰ ਕਾਰਜ ਸਿੰਘ ਜੋ ਮੇਰੇ ਹਸਬੈਂਡ ਆ ਉਹਨਾਂ ਦਾ ਨਾਮ ਹੈਗਾ ਰੀਅਲ ਕਾਰਜ ਸਿੰਘ ਸਨ ਆਫ ਮਲੂਕ ਸਿੰਘ ਪਰ ਉਹ ਕਦੀ ਯੂਸ ਕਰਦੇ ਕਾਰਜ ਸਿੰਘ ਸਨ ਆਫ ਕੁੰਦਨ ਸਿੰਘ ਤੇ ਕਿਤੇ ਉਹ ਯੂਸ ਕਰਦੇ ਆ ਸਰਦਾਰ ਹਰਚਰਨ ਸਿੰਘ ਸਨ ਆਫ ਲਖਵਿੰਦਰ ਸਿੰਘ ਕਿਤੇ ਉਹ ਯੂਸ ਕਰਦੇ ਆ ਕਿੰਨੇ ਪੈਨ ਕਾਰਡ ਬਣਾਏ ਪੰਜ ਬਣੇ ਸਰ ਕਿਤੇ ਉਹ ਯੂਸ ਕਰਦੇ ਆ ਕਰਨਵੀਰ ਸਿੰਘ ਸਨ ਆਫ ਤੇਜਾ ਸਿੰਘ ਤੁਹਾਨੂੰ ਮਾਰਦੇ ਕੁੱਟਦੇ ਕਿਉਂ ਮਾਰਦੇ ਕੁੱਟਦੇ ਸਰ ਘਰ 'ਚ ਕੋਈ ਨਾ ਕੋਈ ਜੇ ਛੋਟੀ ਮੋਟੀ ਗੱਲ ਹੋ ਗਈ ਉਹਨੂੰ ਬਹਿ ਕੇ ਸੋਲਵ ਨਹੀਂ ਕਰਨਾ ਉਹਨੂੰ ਕੁੱਟਣ ਲੱਗ ਪੈਣਾ ਜੇ ਆਪਣੇ ਮੁੰਡੇ ਆ ਉਹਦੇ ਨਹੀਂ ਪੜ੍ਹੇ ਸਕੂਲ ਦੇ ਨਹੀਂ ਜਾਂਦੇ ਜਾਂ ਕੁਛ ਵੀ ਆ ਇੱਕ ਮਾਂ ਦਾ ਫਰਜ਼ ਬਣਦਾ ਕਿ 4 ਬੱਚੇ ਮੇਰੇ ਵਾਸਤੇ ਉਹ ਇੱਕੋ ਜਿਹੇ ਆ ਉਹਨਾਂ ਨੂੰ ਇੱਕੇ ਥਾਂ ਰੱਖਣਾ ਉਹਨਾਂ ਨੂੰ ਇਹ ਗੱਲ ਕਹਿਣੀ ਕਿ ਤੂੰ ਮੇਰੇ ਬੱਚਿਆਂ ਨੂੰ ਨਹੀਂ ਕੁਛ ਕਹਿਣਾ ਨਾ ਉਹਨਾਂ ਬੱਚਿਆਂ ਦੀ ਸੁਣਨੀ ਆ ਨਾ ਮੇਰੀ ਸੁਣਨੀ ਆ ਉਹਨਾਂ ਦੀ ਬੱਚਿਆਂ ਦੇ ਹੱਕ 'ਚ ਬੋਲਣਾ ਇਹ ਨਹੀਂ ਕਹਿਣਾ ਕਿ ਬੱਚਿਓ ਤੁਸੀਂ ਇੱਥੇ ਗਲਤ ਆ ਕਿਸੇ ਨਾ ਕਿਸੇ ਗੱਲ ਤੋਂ ਉਹਨੇ ਕੁੱਟਣਾ ਮਾਰਨਾ ਹਰ ਘਰ 'ਚ 2 ਭਾਂਡੇ ਖੜਕਦੇ ਖੜਕਦੇ ਇਹ ਸਰ 2011-12 ਤੋਂ ਮੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਦੀਆਂ 3 ਗੱਡੀਆਂ ਜਿਹੜੀਆਂ ਉਹ ਵੀ ਚੋਰੀ ਦੀਆਂ ਜੋ ਹੁਣ ਦੀਆਂ ਵਾ 5 ਗੱਡੀਆਂ 2016 ਦੇ ਵਿੱਚ ਉਹਨੇ ਚੁੱਕੀਆਂ ਇਹ ਡਾਕੂਮੈਂਟਸ ਲਾ ਲਾ ਕੇ ਉਹਨੇ ਗਲਤ ਚੁੱਕੀਆਂ ਸਰ ਉੱਥੇ ਰੀਅਲ ਨਾਮ ਮਤਲਬ ਆਪਣੇ ਪਹਿਲਾਂ ਡੁਪਲੀਕੇਟ ਨਾਮ 'ਤੇ ਚੁੱਕ ਲੈਂਦਾ ਫਿਰ ਰੀਅਲ ਨੰਬਰ 'ਤੇ ਨਾਂ 'ਤੇ ਆਪਣੇ ਪੇਪਰ ਪਾ ਲੈਂਦਾ 86 ਨੰਬਰ ਇੱਥੋਂ ਫਗਵਾੜੇ ਦਾ ਮੁੰਡਾ ਉਹ ਜਾਂਦਾ ਬਣਵਾਉਣ ਉੱਥੇ 86 ਨੰਬਰ ਬਦਲ ਦਿੰਦਾ ਔਰ ਪਟਿਆਲੇ ਦਾ ਮੁੰਡਾ ਇੱਕ ਉਹ ਜੋ ਇਹਦੇ ਮਤਲਬ ਪੇਪਰ ਬਣਾ ਕੇ ਦਿੰਦਾ ਇਹਨੂੰ ਦਲਜੀਤ ਸਿੰਘ ਇਹ ਪੁਲਿਸ ਵਾਲਿਆਂ ਨਾਲ ਹੀ ਰਹਿੰਦਾ ਹੁਣ ਵੀ ਮੈਨੂੰ ਕੱਲ੍ਹ ਕਹਿੰਦਾ ਸੀ ਕਿ ਤੈਨੂੰ ਮੈਂ ਇੱਥੋਂ ਜੇਲ੍ਹ ਵਿੱਚ ਕੱਲ੍ਹ ਨੂੰ ਤੈਨੂੰ ਘਲਾ ਕੇ ਫਿਰ ਮੈਂ ਤੈਨੂੰ ਭੋਪਾਲ ਦੀ ਪੁਲਿਸ ਲਿਆ ਕੇ ਅਤੇ ਉੱਧਰ ਲੈ ਜਾਣਾ ਤੇਰੀ ਇੱਥੇ ਬੂਟੀ ਤੱਕ ਨਹੀਂ ਆਉਣ ਦੇਣੀ IG ਨਾਲ ਮੇਰੀ ਗੱਲਬਾਤ ਆ ਇੱਥੇ ਵੀ ਕੱਲ੍ਹ ਮੈਨੂੰ ਕਹਿੰਦਾ ਮੈਂ ਵੇਖ ਅੱਜ ਸਾਰੀ ਪੁਲਿਸ ਮੇਰੀ ਮਦਦ ਕਰਦੀ ਤੂੰ ਸੋਚ ਮੇਰੀ ਕਿੱਥੋਂ ਤੱਕ ਪਹੁੰਚੇ ਆ ਛੱਡਿਆ ਇੱਥੋਂ ਮੈਨੂੰ ਮੈਂ ਕੱਲ੍ਹ ਆਪਣੀ ਡਿਊਟੀ 'ਤੇ ਗਈ
ਮੈਨੂੰ ਕਿਸੇ ਗੱਲ ਦਾ ਨਹੀਂ ਪਤਾ, ਮੈਨੂੰ ਉੱਥੋਂ ਪੁਲਿਸ ਨੇ ਚੁੱਕ ਲਿਆ, ਮੈਨੂੰ ਬੜੇ ਤਰਲੇ ਲੈਂਦੀ ਨੇ ਕਿ ਮੈਨੂੰ ਕਿਸੇ ਨੂੰ ਦੱਸ ਲੈਣ ਦਿਉ, ਸਾਰੇ ਉਹਨਾਂ ਨੂੰ ਦੱਸ ਲੈਣ ਦਿਉ, ਸਿਮਰਜੀਤ ਸਿੰਘ ਬੈਂਸ ਨੂੰ, ਮੈਨੂੰ ਉਹਨਾਂ ਕਿਸੇ ਨੂੰ ਫੋਨ ਨਹੀਂ ਕਰਨ ਦਿੱਤਾ, ਮੇਰਾ ਫੋਨ ਖੋਹ ਕੇ ਸਵਿੱਚ ਆਫ ਕਰ ਦਿੱਤਾ, ਫਿਰ ਉੱਥੇ ਖੜ ਕੇ ਮੈਨੂੰ ਸਾਰਾ ਦਿਨ ਮੈਨੂੰ ਕੋਈ ਗੱਲ ਨਹੀਂ ਦੱਸੀ ਕਿ ਅਸੀਂ ਤੈਨੂੰ ਕਿਹੜੇ ਬੇਸ 'ਚ ਫੜ ਕੇ ਲਿਆਂਦਾ ਕਿਹੜੇ 'ਚ ਨਹੀਂ, ਇੱਕੋ ਗੱਲ ਕਹੀ ਗਏ ਕਿ ਅਸੀਂ ਤੇਰੇ 'ਤੇ ਪਰਚਾ ਪਾ ਕੇ ਸਖ਼ਤ ਤੋਂ ਸਖ਼ਤ ਤੈਨੂੰ ਜੇਲ੍ਹ ਭੇਜਣਾ। ਫਿਰ ਮੈਂ ਕਿਹਾ ਮੇਰੀਆਂ ਕੁੜੀਆਂ ਨਾਲ ਬੇਟੀਆਂ ਨਾਲ ਮਿਲਾ ਦਿਉ, ਮੈਨੂੰ ਕਹਿੰਦੇ ਤੇਰੀਆਂ ਬੇਟੀਆਂ ਹੁਣ ਨਾ ਤਾਂ ਅਸੀਂ ਕਦੀ ਮਿਲਾਉਣੀਆਂ, ਅਤੇ ਉਹ ਨਾਰੀ ਨਗੇਤਰ ਜਾਣ, ਉਹ ਕਿਤੇ ਰਹਿਣ, ਇੱਥੋਂ ਤੱਕ ਮੈਨੂੰ ਕਹਿੰਦੇ ਕਿ ਅਸੀਂ ਕਾਰਜ ਸਿੰਘ ਨੂੰ ਦੇ ਦੇਣੀਆਂ। ਮੈਂ ਕਿਹਾ ਜਾਂ ਮੇਰੀਆਂ ਬੇਟੀਆਂ ਮੇਰੇ ਪਹਿਲੇ ਹਸਬੈਂਡ ਕੋਲ ਘੱਲ ਦਿਉ, ਜਾਂ ਉਹਨਾਂ ਨੂੰ ਨਾਰੀ ਨਗੇਤਰ ਭੇਜ ਦਿਉ, ਪਰ ਮੈਂ ਇਸ ਬੰਦੇ ਨੂੰ ਆਪਣੀਆਂ ਬੇਟੀਆਂ ਨਹੀਂ ਦੇਣੀਆਂ। ਇਹ ਬੇਟੀਆਂ ਦਾ ਕਰਕੇ ਤਾਂ ਮੈਂ ਪਹਿਲਾਂ ਉਹ ਘਰ 'ਚੋਂ ਨਿਕਲੀ ਹਾਂ, ਕਿਉਂਕਿ ਉਹ ਬੇਟੀਆਂ ਮੇਰੀਆਂ ਨਾਲ ਵੀ ਗਲਤ ਬਿਹੇਵੀਅਰ ਕਰਦਾ ਸੀ, ਇਸ ਕਰਕੇ ਮੈਂ ਉਹਦੇ ਕੋਲ ਆਪਣੀਆਂ ਬੇਟੀਆਂ ਲੈ ਕੇ ਨਹੀਂ ਰਹਿਣਾ ਚਾਹੁੰਦੀ। ਮੈਂ ਮੰਗ ਇਹੀ ਕਰਦੀ ਹਾਂ ਕਿ ਮੇਰਾ ਉਹਦੇ ਤੋਂ ਛੁਟਕਾਰਾ ਹੋ ਜਾਵੇ, ਪਰ ਮੇਰਾ ਅਤੇ ਮੇਰੀਆਂ ਧੀਆਂ ਦਾ ਜੇ ਕੋਈ ਵੀ ਗਾਂਹ ਨੁਕਸਾਨ ਹੁੰਦਾ ਤਾਂ ਉਹ ਕਾਰਜ ਸਿੰਘ ਜ਼ਿੰਮੇਵਾਰ। ਅੱਜ ਉਹਦੀ ਭੈਣ ਨੇ ਮੇਰੇ 'ਤੇ ਝੂਠੀ ਦਰਖਾਸਤ ਦਿੱਤੀ ਆ, ਉਹ ਵੀ ਜ਼ਿੰਮੇਵਾਰ, ਉਹਦੇ ਭਰਾ ਵੀ ਜ਼ਿੰਮੇਵਾਰ ਇਸ ਚੀਜ਼ 'ਤੇ। ਸਿਮਰਜੀਤ ਸਿੰਘ ਬੈਂਸ ਸਰ ਉਹਨਾਂ ਛਡਵਾਇਆ ਮੈਨੂੰ। ਕੱਲ ਜਦੋਂ ਮੈਂ ਉੱਥੇ ਰੌਲਾ ਪਾਇਆ ਜਿੱਥੋਂ ਮੈਨੂੰ ਚੁੱਕ ਕੇ ਖੜਿਆ ਉੱਥੋਂ, ਫਿਰ ਕਿਸੇ ਵੀ ਵੀਰ ਜੀ ਨੇ ਸਾਰੇ ਉਹਨਾਂ ਨਾਲ ਕੰਟੈਕਟ ਕੀਤਾ ਕਿ ਇੱਦਾਂ ਇੱਕ ਲੇਡੀਜ਼ ਨੂੰ ਚੁੱਕ ਕੇ ਪੁਲਿਸ ਲੈ ਗਈ, ਉਹ ਤੁਹਾਡਾ ਨਾਮ ਲੈ ਕੇ ਰੌਲਾ ਪਾਉਂਦੀ ਕਿ ਸਿਮਰਜੀਤ ਬੈਂਸ ਸਿੰਘ ਨੂੰ ਦੱਸ ਦਿਉ ਕਿ ਮੈਨੂੰ ਇੱਥੋਂ ਲੈ ਗਏ ਆ। ਫਿਰ ਸਾਰੇ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਉਹੀ ਕੁੜੀ ਮੇਰੇ ਕੋਲ ਰਹਿੰਦੀ ਸੀ, ਫਿਰ ਇਹਨਾਂ ਨੇ ਸਾਰੇ ਉਹਨਾਂ ਕਿਸੇ ਪੁਲਿਸ ਨਾਲ ਕੰਟੈਕਟ ਕਰਕੇ ਫਿਰ ਮੈਨੂੰ ਛੁਡਵਾਇਆ। ਇਹ ਕੁੜੀ ਜਿਹਦੇ ਤੁਸੀਂ ਹੁਣੇ ਸਾਰਾ ਦੁੱਖ ਦੀ ਵਿਦਿਆ ਸੁਣੀ, ਇਹਦਾ ਨਾਮ ਮਨਦੀਪ ਕੌਰ ਆ, ਅਤੇ ਇਹਨੂੰ ਇਹਦੇ ਸੈਕਿੰਡ ਪਤੀ, ਪਹਿਲੇ ਪਤੀ ਨਾਲ ਤਲਾਕ ਹੋ ਗਿਆ, ਪਹਿਲੇ ਪਤੀ 'ਚੋਂ ਦੋ ਛੋਟੀ ਛੋਟੀਆਂ ਬੱਚੀਆਂ ਨੇ ਇਹਦੀਆਂ, ਅਤੇ ਇਹਨੂੰ ਸੈਕਿੰਡ ਪਤੀ ਜਿਹੜਾ ਕ੍ਰਿਮੀਨਲ ਆ, ਜਿਹਦੀ ਮੈਂਟੈਲਿਟੀ ਬਹੁਤ ਵੱਡੀ ਪੱਧਰ 'ਤੇ ਕ੍ਰਾਈਮ ਕਰਕੇ, ਉਹ ਬੰਦਾ ਜਿਹਦੇ ਕੋਲ 5 ਪੈਨ ਕਾਰਡ, 6 ਉਹਦੇ ਕੋਲ ਵੋਟਰ ਕਾਰਡ ਅਤੇ 4 ਆਧਾਰ ਕਾਰਡ, ਮਤਲਬ ਕਿ ਇੱਕ ਬਹੁਤ ਵੱਡਾ ਕ੍ਰਿਮੀਨਲ ਮਾਈਂਡ ਬੰਦਾ, ਅਤੇ ਉਹ ਗੱਡੀਆਂ ਪੰਜਾਬ ਤੋਂ ਚੋਰੀ ਕਰਕੇ ਭੋਪਾਲ ਲੈ ਜਾਂਦਾ, ਉੱਥੇ ਚੈਸੀ ਨੰਬਰ ਇੰਜਨ ਨੰਬਰ ਚੇਂਜ ਕਰਕੇ ਵੇਚ ਦਿੰਦਾ, ਕਿਉਂਕਿ ਉਹਨੇ ਵੱਖ ਵੱਖ ਨਾਮ, ਇੱਕੋ ਬੰਦੇ ਦੇ ਵੱਖ ਵੱਖ ਨਾਵਾਂ ਦੇ ਉੱਤੇ ਆਪਣੇ ਆਈ ਕਾਰਡ ਬਣਾਏ ਹੋਏ ਆ, ਭੋਪਾਲ ਤੋਂ ਗੱਡੀਆਂ ਚੋਰੀ ਕਰਕੇ ਅਤੇ ਉਹ ਪੰਜਾਬ ਦੇ ਵਿੱਚ ਵੇਚਦਾ। ਆਹ ਇੱਕ ਕੁੜੀ ਨੇ ਅੰਮ੍ਰਿਤਸਰ ਦੇ ਪੁਲਿਸ ਇੰਸਪੈਕਟਰ ਦੀ ਫੋਟੋ ਦਿਖਾ ਰਹੀ ਹੈ, ਨਾਂ ਕੀ ਹੈ ਕੁੜੀ ਇਹਦਾ, ਹੈ ਬਲਜੀਤ ਸਿੰਘ ਇਹਦਾ ਨਾਮ ਹੈ, ਇਹਨੂੰ ਉੱਥੋਂ ਤਾਜ਼ੀ ਤਾਜ਼ੀ ਨੋਵਾ ਚੋਰੀ ਕਰਕੇ ਇਸ ਇੰਸਪੈਕਟਰ ਨੂੰ ਦਿੱਤੀ ਹੈ, ਅਤੇ ਬੰਦੇ ਦੇ ਪੰਜਾਬ ਪੁਲਿਸ ਦੇ ਨਾਲ ਸੰਬੰਧ ਦੇਖੋ ਕੈਸੇ ਆ। ਇਸ ਕੁੜੀ ਨੂੰ 1 ਮਹੀਨਾ 10 ਦਿਨ ਹੋ ਗਏ ਲੁਧਿਆਣੇ ਆਈ ਹੋਈ ਨੂੰ, ਇਹਨੂੰ ਕਿਹੜੀ ਗੱਡੀ ਦਿੱਤੀ, ਇੱਕ ਇਹ ਵੀ ਪੁਲਿਸ ਦਾ ਹਵਲਦਾਰ ਆ, ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ, ਇਹਨੂੰ ਇੱਕ ਨੋਵਾ ਗੱਡੀ ਚੋਰੀ ਕਰਕੇ ਦੂਸਰੀ ਇਹਨੂੰ ਵੇਚੀ, ਤਾਜ਼ੀਆਂ ਗੱਡੀਆਂ ਜਿਹੜੀਆਂ ਵੇਚੀਆਂ ਉਹਨੇ ਉਧਰੋਂ ਚੋਰੀ ਕਰਕੇ ਪੰਜਾਬ ਦੇ ਵਿੱਚ, ਪੰਜਾਬ ਤੋਂ ਚੋਰੀ ਕਰਕੇ ਭੋਪਾਲ ਦੇ ਵਿੱਚ। ਸੋ ਕੱਲ ਇੱਕ, ਕਿਉਂਕਿ ਉਹਦਾ ਪੁਲਿਸ ਦੇ ਵਿੱਚ ਬੜਾ ਡੂੰਘਾ ਸੰਬੰਧ ਆ, ਚੋਰੀ ਦੀਆਂ ਗੱਡੀਆਂ ਦਾ ਆਦਾਨ ਪ੍ਰਦਾਨ ਪੰਜਾਬ ਤੋਂ ਭੋਪਾਲ, ਭੋਪਾਲ ਤੋਂ ਪੰਜਾਬ ਹੋ ਰਿਹਾ, ਚੋਰੀ ਦਾ ਮੁਕੱਦਮਾ ਦਰਜ ਕਰਾਇਆ ਤਰਨ ਤਾਰਨ ਜ਼ਿਲ੍ਹੇ ਦੇ ਅੰਦਰ ਆਉਂਦੇ ਥਾਣਾ ਚੋਲਾ ਸਾਹਿਬ, ਅਤੇ ਪੁਲਿਸ ਇਸ ਕੁੜੀ ਨੂੰ, ਆ ਤੁਹਾਨੂੰ CCTV ਦੀ ਫੁਟੇਜ ਦਿਖਾਈ ਹੈ, ਜਿਵੇਂ ਇੱਕ ਬਹੁਤ ਵੱਡੇ ਕਿਸੇ ਹਾਰਡਕੋਰ ਕ੍ਰਿਮੀਨਲ ਨੂੰ ਫੜ ਕੇ ਲਿਜਾਣਾ ਹੁੰਦਾ, ਕੱਪੜੇ ਪਾੜਦੇ ਹੋਏ ਇਹਨੂੰ ਲੈ ਕੇ ਫੜ ਕੇ। ਸ਼ਾਮ ਨੂੰ ਪਤਾ ਲੱਗਿਆ ਮੈਨੂੰ, ਪ੍ਰੈਸ ਵਾਲੇ ਵੀਰਾਂ ਤੋਂ ਹੀ ਪਤਾ ਲੱਗਿਆ ਵੀ ਤੁਹਾਡੇ ਏਰੀਏ ਦੇ ਵਿੱਚ ਤਰਨ ਤਾਰਨ ਦੀ ਪੁਲਿਸ ਇੱਕ ਕੁੜੀ ਨੂੰ ਫੜ ਕੇ ਲੈ ਗਈ। ਮੈਂ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਵੀ ਪਤਾ ਕਰਕੇ ਦੱਸੋ, ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ, ਉਹਨਾਂ ਨੇ ਮੈਨੂੰ 10-15 ਮਿੰਟ ਬਾਅਦ ਦੱਸਿਆ ਵੀ ਤਰਨ ਤਾਰਨ ਚੋਲਾ ਸਾਹਿਬ ਪੁਲਿਸ ਇਸ ਕੁੜੀ ਨੂੰ ਚੋਰੀ ਦੇ ਆਰੋਪ ਦੇ ਵਿੱਚ ਲੈ ਕੇ ਗਈ, ਚੋਰੀ ਦੀ FIR ਦਰਜ। ਅਤੇ ਮੈਂ ਧੰਨਵਾਦ ਕਰਦਾ ਤਰਨ ਤਾਰਨ ਦੇ SSP ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਮਾਨਹੁਰਾ ਦਾ, ਮੈਂ ਫੋਨ ਕੀਤਾ,
ਉਹਨਾਂ ਨੂੰ ਚੋਲਾ ਸਾਹਿਬ ਪੁਲਿਸ ਦੀ ਮੈਂ ਕਰਤੂਤ ਦੱਸੀ ਅਤੇ ਉਹਨਾਂ ਨੇ 15 ਮਿੰਟਾਂ ਦੇ ਵਿੱਚ ਮੈਨੂੰ ਰਿਵਰਟ ਕੀਤਾ। 15-20 ਮਿੰਟਾਂ 'ਚ ਵਾਪਸੀ ਫੋਨ ਆਇਆ ਵੀ ਕੁੜੀ ਦੀ ਅਰੈਸਟ ਨਹੀਂ ਮੈਂ ਪੈਣ ਦਿੱਤੀ, ਕੁੜੀ ਨੂੰ ਭੇਜੋ, ਉਹਦੇ ਕੋਈ ਜ਼ਿੰਮੇਵਾਰ ਬੰਦੇ ਕੁੜੀ ਵਾਪਸ ਲੈ ਜਾਓ। ਅਤੇ ਜਿਹੜੇ ਦੋਸ਼ੀਆਂ ਨੇ ਇਸ ਕੁੜੀ ਦੇ ਉੱਤੇ ਝੂਠਾ ਮੁਕੱਦਮਾ ਦਿੱਤਾ ਉਹਨਾਂ ਨੇ ਇਨਸ਼ੋਰ ਕੀਤਾ ਕਿ ਅਸੀਂ ਕਾਰਵਾਈ ਕਰਾਂਗੇ। ਅੱਜ ਤੁਹਾਡੇ ਕੋਲ ਆਉਣ ਦਾ ਖੁਲਾਸਾ ਇਸ ਕਰਕੇ ਆ, ਉਹ ਹੱਥਕੜੀ ਪਈ ਆ। ਨਰੰਗ ਸਿੰਘ ਨਾਮ ਦਾ ਇੱਕ ਐਸ ਐਚ ਓ ਜਿਹੜਾ ਮਰਡਰ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਹੈਗਾ, ਸਜ਼ਾ ਹੋਈ ਆ ਉਹਨੂੰ, ਅਤੇ ਉਹ ਜਿਹੜੇ ਬੰਦੇ ਦਾ ਮਰਡਰ ਕਰਦਾ ਉਹਦੀ ਗੱਡੀ ਬਲੈਰੋ ਇਹਦੇ ਹਸਬੈਂਡ ਕਾਰੇ ਸਿੰਘ ਦੇ ਕੋਲ ਆ, ਅਤੇ ਉਹਦੇ ਵਿੱਚ ਉਹ ਹੱਥਕੜੀ ਆ ਮਿਲੀ ਆ ਉਸ ਬਲੈਰੋ ਗੱਡੀ ਦੇ ਵਿੱਚੋਂ, ਜਿਹੜੀ ਕਿ ਇਸ ਕੁੜੀ ਨੂੰ ਹੱਥਕੜੀ ਲਾ ਲਾ ਕੇ ਕੁੱਟਮਾਰ ਤਸ਼ੱਦਦ। ਅੱਜ ਪੰਜਾਬ ਪੁਲਿਸ ਨੂੰ ਇੱਕ ਐਡਾ ਵੱਡਾ ਜ਼ਖੀਰਾ ਬਰਾਮਦ ਹੁੰਦਾ ਹੈ। ਇਹ ਐਸ ਐਚ ਓ ਆ ਜਿਹੜਾ ਦਿਖਾ ਰਹੀ ਹੈ ਕੁੜੀ ਜੇਲ੍ਹ ਦੇ ਵਿੱਚ, ਇਹ ਐਸ ਐਚ ਓ ਨਵਰੰਗ ਸਿੰਘ ਜਿਹੜਾ ਇੱਕ ਜਿਹੜੇ ਬੰਦੇ ਨੂੰ ਕਤਲ ਕੀਤਾ, ਉਸ ਬੰਦੇ ਦੀ ਬਲੈਰੋ ਇਸ ਕੁੜੀ ਦੇ ਹਸਬੈਂਡ ਨੂੰ ਦਿੱਤੀ ਉਹਨੇ। ਮਤਲਬ ਕਿ ਗੱਡੀਆਂ ਚੋਰੀ ਕਰਨ ਦਾ ਰੈਕਟ ਪੰਜਾਬ ਦੇ ਵਿੱਚੋਂ, ਇੱਥੋਂ ਤੱਕ ਕਿ ਜਿਹੜੀਆਂ 10-12-16 ਚੱਕੇ ਵੱਡੇ ਘੋੜੇ ਟਰਾਲੇ ਹੁੰਦੇ ਆ, ਉਹ ਚੋਰੀ ਕਰਕੇ ਭੋਪਾਲ ਚਲੇ ਜਾਂਦੇ। ਉੱਥੇ ਇੰਜਣ ਨੰਬਰ 86 ਨੰਬਰ ਚੇਂਜ ਹੁੰਦਾ, ਅਤੇ ਭੋਪਾਲ ਤੋਂ ਗੱਡੀਆਂ ਚੋਰੀ ਕਰਕੇ ਟਰੱਕ ਟਰਾਲੇ ਅਤੇ ਅਨੋਵਾ ਗੱਡੀਆਂ ਉਹ ਲਿਆ ਕੇ ਪੰਜਾਬ ਦੇ ਵਿੱਚ ਵੇਚਦੇ ਆ, ਜਿਹਦੇ ਵਿੱਚ ਤਾਂ ਸਾਰੇ ਇਸ ਭੈਣ ਆ ਸਾਡੀ ਪੰਜਾਬ ਦੀ ਧੀ ਹੈਗੀ ਆ, ਜੇ ਭੋਪਾਲ ਤੋਂ ਇੱਕ ਆਸ ਲੈ ਕੇ ਆਈ ਆ। ਯੂਟਿਊਬ 'ਤੇ ਦੇਖ ਲਿਆ ਵੀ ਬੈਂਸ ਉਹਨਾਂ ਲੋਕਾਂ ਦੀ ਮਦਦ ਕਰਦਾ ਜਿਹੜੇ ਵਿਚਾਰੇ ਪੀੜਤ ਹੈਗੇ ਆ, ਇਹ ਸਿਸਟਮ ਦੇ ਪੀੜਤ ਹੈਗੇ ਆ, ਬੇਈਮਾਨ ਲੋਕਾਂ ਦੇ ਪੀੜਤ ਆ। ਆਸ ਲੈ ਕੇ ਆਈ ਆ, ਤੁਸੀਂ ਸਪੋਰਟ ਕੀਤੀ ਆ, ਤੁਸੀਂ ਦੱਸਿਆ ਸਭ ਤੋਂ ਪਹਿਲਾਂ ਵੀ ਭਾਈ ਕੁੜੀ ਨੂੰ ਲੈ ਕੇ ਮੈਂ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਨੂੰ ਰਿਟਰਨ ਭੇਜ ਰਿਹਾ ਤਾਂ ਜੋ ਇਹਦੀ ਅਤੇ ਇਹਦੇ ਬੱਚਿਆਂ ਦੀ ਸੁਰੱਖਿਆ ਦਾ ਜ਼ਿੰਮਾ, ਕਿਉਂਕਿ ਲੁਧਿਆਣੇ ਰਹਿ ਰਹੀ ਹੈ, ਪੁਲਿਸ ਲੁਧਿਆਣਾ ਦਾ ਹੋਏਗਾ। ਹਾਂਜੀ, ਅਸੀਂ ਇਹਨਾਂ ਨੂੰ ਡੀ ਜੀ ਪੀ ਸਾਹਿਬ ਦੇ ਪੇਸ਼ ਕਰਾਂਗੇ, ਕੁੜੀ ਨੂੰ ਇਨ ਰਿਟਰਨ ਡੀ ਜੀ ਪੀ ਨੂੰ ਦਾਂਗੇ, ਕਿਉਂਕਿ 3-4 ਮਸਲਿਆਂ ਦਾ ਅਤੇ ਉਸ ਤੋਂ ਹਟ ਕੇ ਦੂਸਰੀ ਸਟੇਟ ਦੇ ਵਿੱਚੋਂ ਚੋਰੀ ਹੋ ਰਹੀਆਂ ਗੱਡੀਆਂ ਦਾ ਮਸਲਾ ਬਹੁਤ ਵੱਡਾ, ਕਰੋੜਾਂ ਰੁਪਈਏ ਦੀ ਚੋਰੀ ਵਾਲਾ ਸਕੈਂਡਲ ਹੈਗਾ। ਤਸ਼ੱਦਦ ਤਾਂ ਹੈ ਹੀ ਹੈ ਇਸ ਧੀ ਦੇ ਨਾਲ, ਇਹਦੀਆਂ ਬੱਚੀਆਂ ਦੇ ਨਾਲ ਜਿਸਮਾਨੀ ਤੌਰ 'ਤੇ ਛੇੜਛਾੜ ਦਾ ਤਸ਼ੱਦਦ ਤਾਂ ਹੈ ਹੀ ਹੈ, ਨਾਲ ਦੀ ਨਾਲ ਵੱਡੀ ਪੱਧਰ 'ਤੇ ਪੰਜਾਬ ਤੋਂ ਗੱਡੀਆਂ ਚੋਰੀ ਕਰਨ ਦਾ, ਭੋਪਾਲ ਲਿਜਾ ਕੇ ਵੇਚਣ ਦਾ, ਭੋਪਾਲ ਤੋਂ ਗੱਡੀਆਂ ਚੋਰੀ ਕਰਕੇ ਨੰਬਰ ਚੈਸੀ ਅਤੇ ਨੰਬਰ ਇੰਜਣ ਚੇਂਜ ਕਰਕੇ ਪੰਜਾਬ ਦੇ ਵਿੱਚ ਵੇਚਣ ਦਾ ਬਹੁਤ ਵੱਡਾ ਸਕੈਂਡਲ ਆ। ਡੀ ਜੀ ਪੀ ਸਾਹਿਬ, ਇਸ ਮਸਲੇ ਦੇ ਉੱਤੇ ਕਿਸੇ ਸੀਨੀਅਰ ਅਧਿਕਾਰੀ ਦੀ ਡਿਊਟੀ ਲਵਾਵਾਂਗੇ ਤਾਂ ਜੋ ਇਸ ਠੱਗੀ ਠੋਰੀ ਚੋਰੀ ਅਤੇ ਤਸ਼ੱਦਦ ਦੇ ਵਿੱਚ ਜੁੜੇ ਪੁਲਿਸ ਅਫਸਰਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕੇ।